ਤਾਂ ਦੱਸ ਦਈਏ ਕਿ ਰੋਡਵੇਜ਼ ਦੇ ਬੱਸ ਚਾਲਕ ਅਤੇ ਕੰਡਕਟਰ ਦੀ ਨਗਰ ਕੌਂਸਲ ਦੇ ਕਰਮਚਾਰੀ ਦੇ ਨਾਲ ਵੱਡੀ ਝੜਪ ਹੋਈ ਹੈ, ਜਿੱਥੇ ਮੌਕੇ ਤੇ ਦੋਨਾਂ ਧਿਰਾਂ ਨੇ ਹੰਗਾਮਾ ਕੀਤਾ ਤੇ ਇੱਕ ਦੂਸਰੇ ਤੇ ਹਮਲਾ ਵੀ ਕੀਤਾ, ਜਿਸ ਕਾਰਨ ਸੜਕ ਤੇ ਕਾਫੀ ਲੰਮਾ ਜਾਮ ਵੀ ਲੱਗ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਨਗਰ ਕੌਂਸਲ ਦੇ ਕਰਮਚਾਰੀ ਨੇ ਕਿਹਾ ਕਿ ਰੋਡਵੇਜ ਵਾਲੇ ਬੱਸ ਅੱਡੇ ਤੇ ਨਹੀਂ ਰੁਕਦੇ, ਤਾਂ ਮੇਰੇ ਦੋਸਤ ਦੀ ਮਦਰ ਸੀ ਉਹ ਬੱਸ ਦੇ ਵਿੱਚ ਨਹੀਂ ਚੜ੍ਹ ਪਾਉਂਦੀ, ਜਿਸ ਕਾਰਨ ਉਹ ਬਾਈਕ ਅੱਗੇ ਲੈ ਆਉਂਦਾ, ਤਾਂ ਜਦ ਇਹਨਾਂ ਨੂੰ ਚੜ੍ਹਾਉਣ ਦੇ ਲਈ ਕਿਹਾ ਜਾਂਦਾ ਹੈ ਤਾਂ ਇਹ ਮੇਰੇ ਨਾਲ ਲੜਨ ਲੱਗ ਜਾਂਦੇ ਨੇ, ਜਦਕਿ ਦੂਸਰੇ ਧਿਰ ਨੇ ਕਿਹਾ ਕਿ ਬੱਸ ਸਟੋਪੇਜ ਤੇ ਰੁਕੀ ਸੀ ਤੇ ਸਵਾਰੀਆਂ ਉਤਰੀਆਂ ਵੀ ਨੇ ਤੇ ਚੜ੍ਹੀਆਂ ਵੀ ਨੇ, ਤੇ ਨੌਜਵਾਨ ਬੱਸ ਅੱਗੇ ਆਪਣੀ ਬਾਈਕ ਲਗਾ ਲੈਂਦਾ ਤੇ ਫਿਰ ਸਵਾਰੀ ਲੈ ਕੇ ਆਉਂਦਾ, ਜਿਸ ਤੋਂ ਬਾਅਦ ਇਸਨੇ ਸਾਨੂੰ ਗਾਲ ਕੱਢੀ, ਤਾਂ ਜਿਵੇਂ ਹੀ ਕੰਡਕਟਰ ਨੇ ਇਸਨੂੰ ਗਾਲ ਕੱਢਣ ਤੋਂ ਮਨਾ ਕੀਤਾ ਤਾਂ ਇਸਦੇ ਨਾਲ ਹੋਰ ਨੌਜਵਾਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ। ਤਾਂ ਦੱਸ ਦਈਏ ਕਿ ਦੋਨਾਂ ਧਿਰਾਂ ਵਿਚਕਾਰ ਵੱਡੀ ਝੜਪ ਹੋਈ ਸੀ, ਤਾਂ ਹੁਣ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਹੀ ਇਲਜ਼ਾਮ ਲਗਾਏ ਗਏ ਨੇ, ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਦੋਨਾਂ ਧਿਰਾਂ ਦੇ ਬਿਆਨ ਵੀ ਦਰਜ ਕਰ ਲਏ ਨੇ ਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿਵੇਂ ਵੱਡੀ ਝੜਪ ਇਹਨਾਂ ਦੇ ਵਿੱਚ ਹੋ ਰਹੀ ਹੈ, ਇੱਕ ਪਾਸੇ ਰੋਡਵੇਜ਼ ਦੇ ਬੱਸ ਚਾਲਕ ਅਤੇ ਕੰਡਕਟਰ ਨੇ, ਜਦਕਿ ਦੂਸਰੇ ਪਾਸੇ ਨਗਰ ਕੌਂਸਲ ਦੇ ਕਰਮਚਾਰੀ ਨੇ, ਤਾਂ ਵੱਡੀ ਝੜਪ ਇਹਨਾਂ ਦੇ ਵਿਚਕਾਰ ਹੋਈ ਹੈ, ਜਿਸ ਕਰਕੇ ਮੌਕੇ ਤੇ ਸਵਾਰੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਝੱਲਣੀਆਂ ਪਈਆਂ, ਉੱਥੇ ਹੀ ਬੱਸ ਰੁਕ ਜਾਂਦੀ ਹੈ, ਤਾਂ ਦੋਨਾਂ ਦੇ ਵੱਲੋਂ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਗਏ ਨੇ, ਤਾਂ ਪੁਲਿਸ ਦੇ ਵੱਲੋਂ ਹੁਣ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਸਲਾ ਵੇਖੋ, ਮੈਂ ਜੀ ਨਗਰ ਕੌਂਸਲ ਧਾਰੀਵਾਲ 'ਚ ਕੰਮ ਕਰਦਾ, ਮੈਂ ਆਪਣੀ ਗੱਡੀ ਲਿਆ ਕੇ ਡੰਪ 'ਤੇ ਕੂੜਾ ਖਾਲੀ ਕਰਕੇ ਅਤੇ ਵਾਪਸ ਜਾ ਰਿਹਾ ਜੀ, ਅਤੇ ਮੈਂ ਵੇਖਿਆ ਵੀ ਅੱਜ ਜਨਮ ਅਸ਼ਟਮੀ ਅਤੇ ਰਸ਼ ਬੜਾ ਬਾਜ਼ਾਰ 'ਚ, ਅਤੇ ਬੱਸ ਸਟੈਂਡ ਲੱਗ ਗਈ, ਜਦੋਂ ਮੈਂ ਪਹੁੰਚਿਆ ਅਤੇ ਮੈਂ ਗੱਡੀ ਸਾਈਡ 'ਤੇ ਲਾ ਕੇ, ਬੱਸ ਸਟੈਂਡ 'ਚ ਇੱਕ ਬੱਸ ਖੜੀ ਸੀ ਰੋਡਵੇਜ਼ ਦੀ, ਉਹਦੇ ਵਿੱਚ ਮੇਰਾ ਦੋਸਤ ਸੀ ਇੱਕ, ਅਤੇ ਉਹਦੀ ਮੰਮੀ ਹੋਣਾ ਨੇ ਅੰਮ੍ਰਿਤਸਰ ਜਾਣਾ ਸੀ, ਅਤੇ ਉਹਦੀ ਮੰਮੀ ਨੂੰ ਬਹਿਣ ਲੱਗੇ ਥੋੜ੍ਹੀ ਦਿੱਕਤ ਸੀ, ਕਿਉਂਕਿ ਇਹਨਾਂ ਦਾ ਕੋਈ ਸਟੋਪ ਜਾਂ ਨਹੀਂ, ਜਾਂ ਤਾਂ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਪਿੱਛੇ ਖਿਲਾ ਲੈਂਦੇ ਜਾਂ ਅੱਧਾ ਕਿਲੋਮੀਟਰ ਅੱਗੇ ਖਿਲਾ ਲੈਂਦੇ, ਜਦੋਂ ਕੋਈ ਸਵਾਰੀ ਕੋਸ਼ਿਸ਼ ਕਰਦੀ ਹੈ ਬਹਿਣ ਦੀ ਵਿੱਚ ਅਤੇ ਬੱਸ ਪਹੁੰਚਾ ਲੈਂਦੇ। ਤਾਂ ਉਹਨੇ ਮੈਨੂੰ ਕਿਹਾ ਵੀ ਭਰਾ ਜੀ ਇੱਦਾਂ ਵਾ ਵੀ ਮੰਮੀ ਨੇ ਜਾਣਾ ਸੀ ਅਤੇ ਇਹਨੇ ਬੱਸ ਭਜਾਲੀ ਆ, ਅਤੇ ਪਹਿਲਾਂ ਵੀ ਮੰਮੀ ਦੋ ਤਿੰਨ ਵਾਰੀ ਡਿੱਗ ਗਿਆ, ਬਜ਼ੁਰਗ ਆ ਥੋੜ੍ਹੇ, ਅਤੇ ਮੈਂ ਡਰਾਈਵਰ ਨੂੰ ਕਿਹਾ ਵੀ ਡਰਾਈਵਰ ਸਾਹਿਬ ਆਪਾਂ ਇੱਦਾਂ ਕਰਦੇ ਹਾਂ, ਤੁਸੀਂ ਬੱਸ ਫੜੋ ਅਤੇ ਸ਼ਹਿਰ 'ਚ ਜਨਮ ਅਸ਼ਟਮੀ ਦਾ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਅਸ਼ਟਮੀ ਦਾ ਪ੍ਰੋਗਰਾਮ, ਅਤੇ ਸ਼ਹਿਰ 'ਚ ਆਪਾਂ ਰਸ਼ ਨਹੀਂ ਪਾਉਣਾ, ਸਵਾਰੀਆਂ ਖਰਾਬ, ਤੁਸੀਂ ਬੱਸ ਫੜੋ ਅਤੇ ਇੱਥੇ ਜਾਓ। ਇੰਨੇ 'ਚ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਨੈਕਟਰ ਆ ਤੋਂ ਮੇਰੇ ਹੱਥੀ ਪੈ ਗਿਆ, ਮੇਰੇ ਹੱਥੀ ਪੈ ਗਿਆ, ਅਤੇ ਜਿਹੜੀ ਇਹਨਾਂ ਦੀ ਉਹ ਹੁੰਦੀ ਆ ਜੇ ਤੋਂ ਟਿਕਟ ਕੱਢਦੇ ਆ ਮਸ਼ੀਨ, ਉਹ ਸਾਡਾ ਨਾਲ ਲਈ ਜਾਂਦੇ ਵੀ ਇਹਨਾਂ ਨੇ ਤੋੜਤੀ, ਉਹਨਾਂ ਨੇ ਸਾਡੇ ਮੁੰਡਾ ਵਾ ਉਹ ਮੈਡੀਕਲ ਲਈ ਦਾਖਲ ਕਰਾਇਆ ਆਪਾਂ ਨਹਿਰਲ ਹੋਸਪਿਟਲ 'ਚ CIC 'ਚ, ਅਤੇ ਇਹਨਾਂ ਨੂੰ ਮਸ਼ੀਨ ਉਹਦੇ ਸਿਰ 'ਚ ਮਾਰਤੀ, ਉਹ ਮੁੰਡਾ ਮੰਡੇ 'ਤੇ ਸੱਟਾਂ ਲੱਗੀਆਂ ਵਾ, ਅਤੇ ਅਸੀਂ ਥਾਣੇ ਧਾਰੀਵਾਲ ਮੈਡਮ SHO ਬਲਜੀਤ ਕੌਰ ਜੀ ਨੂੰ ਵੀ ਉਹਨਾਂ ਦੇ ਵੀ ਧਿਆਨ 'ਚ ਲਿਆ ਰਹੇ ਹਾਂ, ਅਤੇ SSP ਸਾਹਿਬ ਨੂੰ ਵੀ ਆਪਾਂ ਕੱਲ੍ਹ ਅੱਜ ਤਾਂ ਛੁੱਟੀ ਹੈ, ਚਲੋ ਕੱਲ੍ਹ ਜਿਹਨਾਂ ਦੀ ਧਿਆਨ 'ਚ ਲਿਆਉਂਗੇ ਕਿ ਸ਼ਹਿਰ 'ਚ ਜਿਹੜੀਆਂ ਬੱਸਾਂ ਦੀ ਸਪੀਡ ਆ ਉਹਨੂੰ ਘੱਟ ਕਰਾਓ, ਅਤੇ ਪਲੱਸ ਜਿਹੜੀ ਰੋਡਵੇਜ਼ ਦੀਆਂ ਬੱਸਾਂ ਵਾ ਜੇ ਤਾਂ ਸ਼ਹਿਰ ਦੇ ਵਿੱਚ ਨਹੀਂ ਅਲੋਡ ਹੈਗੀਆਂ ਖਲੋਣੀਆਂ, ਫਿਰ ਸ਼ਹਿਰ ਦੇ ਵਿੱਚ ਵੜਨ ਨਾ ਦਿਓ ਇਹਨਾਂ ਨੂੰ, ਬਾਈਪਾਸ ਬਾਹਰੋਂ ਬਾਹਰੋਂ ਕੱਢੋ, ਅਤੇ ਜੇ ਅਲੋਡ ਆ ਇਹਨਾਂ ਦਾ ਕੋਈ ਟਾਈਮ ਰੱਖੋ, ਇਹਨਾਂ ਦਾ ਕੋਈ ਸਟਾਫ ਰੱਖੋ ਵੀ ਜਿੱਥੇ ਤੁਸੀਂ ਖਿਲਾਰ ਕੇ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਸਵਾਰੀ ਨੂੰ ਅਟੈਂਡ ਕਰਨ। ਬੱਸਾਂ ਨੇ ਤੇ ਬੱਸ ਸਟੈਂਡ ਤੇ ਖਲੋਣਾ ਦਾ ਕੀ, ਬੱਸ ਸਟੈਂਡ ਤੇ ਬੱਸਾਂ ਨਹੀਂ ਖਲੋਣਦੀਆਂ? ਭਾਜੀ ਤੁਸੀਂ ਵੈਰੀਫਾਈ ਕਰੋ, ਪੂਰੀ ਮਾਰਕੀਟ ਗਵਾਹ, ਬਾਜ਼ਾਰ ਗਵਾਹ, ਲੋਕ ਗਵਾਹ ਇਸ ਚੀਜ਼ ਦੇ, ਬੱਸ ਅੱਧਾ ਕਿਲੋਮੀਟਰ ਪਿੱਛੇ ਖਲੋ ਜਾਂਦੀ ਬੱਸ ਸਟੈਂਡ ਤੋਂ, ਜਾਂ ਬੱਸ ਸਟੈਂਡ ਤੋਂ ਅੱਗੇ ਅੱਧਾ ਕਿਲੋਮੀਟਰ ਅੱਗੇ ਖਲੋ ਜਾਂਦੀ ਆ। ਇਹ ਧਿਆਨ 'ਚ ਮੇਰੇ ਪਹਿਲਾਂ ਵੀ ਆਇਆ, ਮੇਰੀ ਇਹਨਾਂ ਦੇ ਬਟਾਲੇ ਡੀਪੂ ਨਾਲ ਗੱਲ ਹੋਈ, ਪਠਾਨਕੋਟ ਡੀਪੂ ਨਾਲ ਇਹਨਾਂ ਦੇ ਗੱਲ ਹੋਈ ਵੀ ਭਾਜੀ ਤੁਹਾਡੇ ਜਿਹੜੇ ਬੰਦੇ ਆ ਡਰਾਈਵਰ ਵਾ
ਉਹ ਇੱਥੇ ਬੱਸ ਨਹੀਂ ਖਿਲਾਰਦੇ। ਤੁਹਾਡਾ ਜਿਹੜਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਝਗੜਾ ਹੋਇਆ ਵਾ ਇਹ ਬੱਸ ਨਾ ਖਿਲਾਰਨ ਕਰਕੇ? ਬਿਲਕੁਲ ਜੀ ਬਿਲਕੁਲ, ਬੱਸ ਖਿਲਾਉਂਦੀ ਨਹੀਂ ਕਿਤੇ। ਜਦੋਂ ਭਾਜੀ ਵੇਖੋ ਪਿੱਛੇ ਆਪਾਂ ਵੀ ਸਵੇਰ ਦੇ ਘਰੋਂ ਨਿਕਲੇ ਜੀ ਦਾ, ਚਲੋ ਡਰਾਈਵਰ ਭਾਈਚਾਰਾ ਵੀ ਸਾਡਾ ਆਪਣਾ ਭਾਈਚਾਰਾ ਵਾ, ਕੋਈ ਉਹ ਪੁਰਾਣੀ ਆ, ਉਹ ਵੀ ਸਵੇਰ ਦੇ ਨਿਕਲਦੇ ਆਪਣਾ, ਰੋਟੀ ਪਾਣੀ ਦਾ ਟਾਈਮ ਹੁੰਦਾ ਵਾ, ਆਪਾਂ ਰੋਟੀ ਪਾਣੀ ਵੀ ਕੰਮ ਕਰਨੇ, ਆਪਾਂ ਨੂੰ ਜਲਦੀ ਕੰਮ ਤੋਂ ਵਿਹਲੇ ਹੋਏ, ਆਪਾਂ ਗੱਡੀ ਦਫ਼ਤਰ ਵਾ ਨਹੀਂ ਜਾਂਦੇ ਨੂੰ, ਰਾਜ ਬਾਜ਼ਾਰ 'ਚ ਜਾਮ ਲੱਗਾ, ਆਪਾਂ ਕਿਹਾ ਡਰਾਈਵਰ ਸਾਹਿਬ ਤੁਸੀਂ ਬੱਸ ਫੜੋ ਤੇ ਚਲੋ, ਕੋਈ ਗੱਲ ਨਹੀਂ ਜੋ ਹੋਗਾ ਦਫ਼ਾ ਕਰੋ ਹਨਾ। ਇਹ ਅੱਗੋਂ ਸਾਡੇ ਨਾਲ ਗਾਲੀ ਗਲੋਚ ਡਹਿ ਪਿਆ ਕਰਨ, ਫਿਰ ਉਹਦੇ ਵਿੱਚ ਇੱਕ ਮੁੰਡਾ ਵਾ ਮੋੜ ਤਜਿੰਦਰ, ਸਾਨੂੰ ਨਹੀਂ ਉਹਦਾ ਪਤਾ, ਉਹਨੇ ਮੇਰੀ ਵੱਖੀ ਨਾਲ ਪਿਸਤੌਲ ਲਾ ਕੇ ਮੈਨੂੰ ਮਾੜੇ ਚੰਗੇ ਸ਼ਬਦ ਬੋਲ ਕੇ ਤੇ ਮੈਨੂੰ ਕਿਹਾ ਮੈਂ ਤੁਹਾਨੂੰ ਵੇਖ ਲੂੰਗਾ, ਡਰਾਈਵਰ ਭਾਈਚਾਰੇ ਨਾਲ ਤੇ ਆਪਾਂ ਚਲੋ ਪੁਲਿਸ ਸਾਡਾ ਸ਼ਾਰਟ ਆਊਟ ਕਰਾ ਦੂਗੀ, ਪਰ ਮੈਂ ਇਹੋ ਜਿਹੇ ਬੰਦਿਆਂ ਨੂੰ ਇਹਨੂੰ ਮੈਂ ਕਹੂੰਗਾ ਵੀ ਜੇਕਰ ਪੁਲਿਸ ਇਹਨੂੰ ਅਰੈਸਟ ਨਹੀਂ ਕਰਦੀ ਤੇ ਮੈਂ ਸ਼ਹਿਰ ਦਾ ਪੂਰੇ ਪੰਜਾਬ 'ਚ ਆਪਣੇ ਸੰਗਠਨ ਨਾਲ ਦਲਿਤ ਸੁਰੱਖਿਆ ਥਾਣਾ ਦਾ, ਮੈਂ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ ਹਾਂ, ਮੈਂ ਪੰਜਾਬ ਦੇ ਆਪਣੇ ਗਰੁੱਪ 'ਚ ਮੈਸੇਜ ਪਾ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦੀ ਕਾਲ ਦਊਂਗਾ ਜੀ। ਨਾ ਖਰ ਖਿਲਾਰਨ ਦਾ ਕਾਰਨ ਇਹ ਵੀ ਵੇਖੋ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਨ ਜੀ ਆ, ਉਹਨਾਂ ਨੇ ਜਿਹੜੇ ਔਰਤਾਂ ਨੇ ਲੇਡੀਜ਼ ਨੇ ਸਾਡੀਆਂ ਮਾਤਾਵਾਂ ਭੈਣਾਂ, ਉਹਨਾਂ ਦਾ ਸਾਰਾ ਕਿਰਾਇਆ ਫ੍ਰੀ ਆ ਤੇ ਇਹ ਉਹਨਾਂ ਨੂੰ ਇੱਕ ਹਿਸਾਬ ਦਾ ਜਲੀਲ ਕਰਦੇ ਆ। ਜੇ ਮਾਤਾ ਇੱਥੇ ਖਲੋਤੀ ਹੁੰਦੀਆਂ ਤਾਂ ਬੱਸ ਉੱਥੇ ਖਿਲਾਰਨੇ ਗਏ, ਜੋ ਦੌੜ ਕੇ ਉੱਧਰ ਨੂੰ ਜਾਂਦੀਆਂ ਤੇ ਉੱਥੋਂ ਬੱਸ ਤੋੜ ਲੈਂਦੇ ਆ, ਬਸ ਆਹੀ ਕਹਾਣੀ ਜੇ। ਮਸਲਾ ਸਾਹਿਬ ਇਹ ਆ ਵੀ ਪਿੱਛੇ ਸਵਾਰੀ ਚੁੱਕ ਕੇ ਤੋੜ ਲੱਗਿਆ ਗੱਡੀ, ਮੋਟਰਸਾਈਕਲ ਲੱਗ ਗਿਆ ਅਡਾ ਤਾਂ ਮੁੰਡੇ ਨੇ, ਤੇ ਮੈਂ ਪੁੱਛਿਆ ਵੀ ਕੀ ਗੱਲ ਆ, ਉਹਨੇ ਆ ਕੇ ਮੈਨੂੰ ਗਾਲ ਕੱਢਤੀ, ਠੀਕ ਹੈ ਜੀ, ਇੰਨੇ ਚਿਰ ਉਹਨੇ ਮੁੰਡੇ ਸੱਦ ਲਏ, ਇੱਕ ਮੁੰਡੇ ਨੇ ਆ ਕੇ ਮੇਰੇ ਥੱਪੜ ਮਾਰਤਾ, ਇੰਨੇ ਚਿਰ ਕਨੇਡਰ ਆਇਆ ਤੇ ਕਨੇਡਰ ਦੀ ਕੁੱਟ ਮਾਰਨਾ ਬਹੁਤ ਕੀਤੀ ਜੀ, ਬਸ ਇਹ ਮਸਲਾ ਆ ਜੀ, ਸਾਨੂੰ ਇਨਸਾਫ ਚਾਹੀਦਾ ਸਰ। ਕਾਰਨ ਇਹ ਵੀ ਇੱਕ ਸਵਾਰੀ ਰਹਿ ਗਈ ਉਹ ਚਲਾਓ, ਤੇ ਮੈਂ ਡੱਕ ਲਿਆ ਗੱਡੀ ਡੱਕ ਲਈ, ਮੈਂ ਚੜ੍ਹ ਗਿਆ ਮੁੜ ਕੇ ਆ ਕੇ ਮੋਟਰਸਾਈਕਲ ਸਾਈਡ ਤੇ ਲਾ ਕੇ ਮੈਨੂੰ ਗਾਲ ਕੱਢ, ਨਾ ਨਾ ਸਵਾਰੀ ਚੜ੍ਹ ਗਈ ਸਾਰੀਆਂ, ਹਾਂਜੀ ਇਹ ਲੈ ਕੇ ਮੋਟਰਸਾਈਕਲ ਆਉਣ ਡਿਆ ਸਵਾਰੀ, ਇਹਨੇ ਲੈ ਗੱਡਾ ਤਾਂ ਮੋਟਰਸਾਈਕਲ, ਇਹ ਮੋਟਰਸਾਈਕਲ ਤੋਂ ਲੈ ਕੇ ਆ ਰਿਹਾ ਸੀ, ਅੱਗੋਂ ਮੋਟਰਸਾਈਕਲ ਲੈ ਕੇ ਆ ਰਿਹਾ ਸੀ, ਅੱਗੋਂ ਮੋਟਰਸਾਈਕਲ ਲੈ ਕੇ ਸਿੱਧਾ ਨੇ ਡੱਕਦਾ ਗਾੜੀ, ਸਵਾਰੀਆਂ ਸਵਾਰੀਆਂ ਪਿੱਛੇ ਲਾਈਆਂ, ਚੜ੍ਹਾਈਆਂ ਵੀ ਆ ਵਿੱਚ, ਖੜੀਆਂ ਵੀ ਆ ਸਵਾਰੀਆਂ ਪਿੱਛੋਂ ਧਾਰੀ ਉਹ ਚੜੀਆਂ, ਤੇ ਇਹਨੇ ਇੱਕ ਇੱਕ ਮੁੰਡਾ ਹੋਰ ਹੀ ਉਹਦੀ ਫੋਟੋ ਮੈਂ ਮੋਟਰਸਾਈਕਲ ਦੇ ਨੰਬਰ ਵਿੱਚ, ਉਹਨੇ ਇਦਾਂ ਘਲਾਰਦਾ ਲਿਆ ਆ ਕੇ ਵਿੱਚ, ਤੇ ਡਰਾਈਵਰ ਦਵਾਲੇ ਹੋਣੇ ਗਾਲ ਗੱਡੀ ਉਹਨੇ ਪਹਿਲਾਂ, ਉਸ ਤੋਂ ਬਾਅਦ ਉਹ ਮਸਲਾ ਜਿਹੜਾ ਦੂਜੇ ਤਿੰਨ ਚਾਰ ਜਣੇ ਇੱਥੋਂ ਨਗਰ ਕੌਂਸਲ ਦੇ ਗਏ ਮੁੰਡੇ, ਉਹ ਆ ਕੇ ਇਹਨੂੰ ਗਾਲ ਕੱਢਦੇ ਕਹਿੰਦੇ ਤੁਸੀਂ ਤਾਂ ਭੈਣ ਦੇ ਯਾਰ ਉਹ ਗੰਦ ਪਾਇਆ, ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਭਾਜੀ ਗਾਲ ਨਹੀਂ ਕਰਨੀ ਤੂੰ ਮੇਰੇ ਹੱਥੀ ਪੈ ਗਏ, ਕਨੈਕਟਰ ਸਵਾਰੀਆਂ ਇੱਥੋਂ ਹੀ ਚੜੀਆਂ ਪਿੱਛੋਂ ਪਰਲੇ ਨੇ ਕੋਈ ਚੜੀਆਂ ਉਤਰੀਆਂ ਵੀ ਹੈ, ਕਹਿਣ ਜੋ ਮਰਜ਼ੀ ਕਹੀ ਜਾਓ, ਕਹਿਣ ਨੂੰ ਭਾਜੀ ਜੋ ਮਰਜ਼ੀ ਕਹੋ, ਸਵਾਰੀਆਂ ਗਵਾਹ ਨੇ, ਸਵਾਰੀਆਂ ਨੂੰ ਪੁੱਛੋ ਨਾ ਕਿ ਕਿੱਥੋਂ ਚੜੇ ਬਈ, ਤੇ ਕੀ ਉਹਨਾਂ ਦਾ ਰਾਈਟ ਪੁੱਛੋ ਕੀ ਹੈ, ਉਹਨਾਂ ਨੂੰ ਪੁੱਛੋ ਵੀ ਕੀ ਹੋਇਆ, ਸਵਾਰੀਆਂ ਤੁਸੀਂ ਕਿੱਥੋਂ ਚੜੀਆਂ ਨੇ, ਘੱਟੋ ਘੱਟ 20 ਸਵਾਰੀਆਂ ਇੱਥੋਂ ਚੜੀਆਂ ਨੇ ਮੇਰੇ ਹਿਸਾਬ ਨਾਲ, 10-15 20 ਤੋਂ ਵੱਧ ਸਵਾਰੀਆਂ ਚੜੀਆਂ।